मैं पंजाब यूनिवर्सिटी पढ़िया एक बड़ा वड्डा सवाल वीरे मैं 10 मिनट तुहाडे नाल गल करनी है अगर गल समझोगे तो तुहाडे भविष्य लई काम आ जाऊंगा एक सवाल किया जाता है कि यार ये मुंडा एमएलए कि मेरी उम्र 32 साल हो गई है एक आईएएस अफसर एक डीसी 24 या 25 साल की उम्र लग के पूरा जिला सामने लगता है एक एसएसपी 26 साल की उम्र लग के एक पूरा जिला सामने लगता है मैं पंजाब यूनिवर्सिटी पढ़िया ग्रेजुएशन उत्तों की डबल मास्टर की पंजाब यूनिवर्सिटी का प्रधान रहा राहुल गांधी जी की कृपा सदका घट्टो घट 8 स्टेटा ने काम करके आया दुनिया भर की समझ रखना तलवाड़े तो जो मैं गया सीगा गया मैं भी अफसर बन सीगा चंडीगढ़ कि मैं भी आईएएस अफसर बनूंगा पर जो ताकत नु लागो देखिया कि अफसर नेता तो बिना किसी भी छोड़ता उसके हाथ ताकत नहीं है उतो लीडर चंगा से माड़ा दोनों काम करवाते हैं इस करके मैं राह चुनिया मैं कंडी तो बिलोंग कर दांगा तलवाड़े तो बिलोंग कर दांगा आज तो 20 तो 25 30 साल पहला तलवाड़े नू मिनी चंडीगढ़ कहा जाता सीगा बुजुर्ग बैठे है तुसी ओ टाइम देखिया होना कि तलवाड़ा किसे टाइम पंजाब का सब तो सोहना शहर सीगा मैं पूछना चाहना कि आज तलवाड़ा कब्रिस्तान क्यों बन गया आज तलवाड़े दे विच ना लोकां नू रोटी खाण नू कोई जरिया गा चार दे चार सेक्टर खाली हो गए कंडी दे विच ना लोकां को जमीन ना पैली इत्थे परमात्मा ने जमीन दित्ती जायदाद दित्ती जां किसे जट कोल 10 किले हैगे तां 2 बंदे घर मजदूर परिवार दे रख के उहनां नू रोटी ला दिंदा गा ना साडे कोल जमीन ना पैली तलवाड़ा जिहड़ा सब तो सोहना शहर सीगा उह उजड़ गया ਜਿਹੜਾ ਘੱਟੋ ਘੱਟ 20,000 ਲੋਕਾਂ ਨੂੰ ਰੋਟੀ ਦਿੰਦਾ ਸੀਗਾ ਉਹ ਉਜੜ ਗਿਆ ਵਾਲਮੀਕੀ ਸਮੁਦਾਇਆਂ ਲਈ ਉੱਥੇ ਇੱਕ 4 ਸੈਕਟਰ ਦੇ ਵਿੱਚ ਕਲੋਨੀ ਬਣੀ ਹੋਈ ਸੀਗੀ ਉਹ ਉਜੜ ਗਈ ਪਰ ਕਿਸੇ ਨੇ ਵੀ ਇਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਦਾ ਧਿਆਨ ਹੀ ਨਹੀਂ ਗਿਆ ਸਾਡੇ ਵਾਲੇ ਪਾਸੇ ਅੱਜ ਦਸੂਏ ਦੇ ਵਿੱਚ ਬੇਦੇਲੀ ਦੇ ਵਿੱਚ ਸਾਡੇ ਨਿਆਣੇ ਬਾਹਰ ਜਾਂਦੇ ਆ ਬਹੁਤ ਖੁਸ਼ੀ ਵਾਲੀ ਗੱਲ ਹੈ ਪਰ ਮੈਂ ਚਾਹੁੰਦਾ ਹਾਂ ਕਿ ਸਾਡੇ ਨਿਆਣੇ ਸਿੱਧਾ ਟਰੱਕ ਤੇ ਨਾ ਚੜਨ ਸਾਡੇ ਨਿਆਣਿਆਂ ਕੋਲ ਇਦਾਂ ਦੀ ਸਮਝ ਹੋਵੇ ਕਿ ਉਹ ਵੀ USA UK ਦੇ ਵਿੱਚ ਜਾ ਕੇ ਘੱਟੋ ਘੱਟ $15,000 to $20,000 ਕਮਾਉਣ ਅਸੀਂ ਇਸ ਏਰੀਆ ਦੇ ਵਿੱਚ ਇਦਾਂ ਦੀ ਐਜੂਕੇਸ਼ਨ ਦਈਏ ਕਿ 5ਵੀਂ ਤੋਂ ਬਾਅਦ ਬੱਚਾ ਫ੍ਰੈਂਚ ਪੜ੍ਹੇ ਇੰਗਲਿਸ਼ ਪੜ੍ਹੇ ਜਰਮਨ ਪੜ੍ਹੇ ਜਦੋਂ ਉਹਨੂੰ ਬਾਹਰ ਜਾਣ ਦਾ ਕਿਉਂਕਿ ਅਸੀਂ 10-12 ਹਜ਼ਾਰ ਰੁਪਏ ਨਾਲ ਇੱਥੇ ਜ਼ਿੰਦਗੀ ਨਹੀਂ ਜੀ ਸਕਦੇ ਜਿਹੜੇ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਹੈ ਕਿ ਬੰਦਾ ਬਾਹਰ ਕਿਉਂ ਜਾਂਦਾ ਬੰਦਾ ਬਾਹਰ ਜਾਊਗਾ ਬੰਦਾ ਬਾਹਰ ਇਸ ਕਰਕੇ ਜਾਂਦਾ ਉਹਨੂੰ 12-15 ਲੱਖ ਰੁਪਇਆ ਮਹੀਨੇ ਦਾ ਬਣਦਾ ਉੱਥੇ ਅਗਰ ਉਹ ਬਾਹਰਲੇ ਕੰਟਰੀ ਜਾ ਕੇ 8-10 ਲੱਖ ਰੁਪਇਆ ਕਮਾਉਂਦਾ ਗਾ ਤਾਂ ਉਹ ਗਲਤ ਨਹੀਂ ਕਰਦਾ ਸਾਡੀਆਂ ਸਰਕਾਰਾਂ ਕੋਲ ਉਹ ਪੈਸਾ ਨਹੀਂ ਹੈ ਸਰਦਾਰ ਚਰਨਜੀਤ ਸਿੰਘ ਚੰਨੀ ਨਾਲ ਬਹੁਤ ਲਾਗੂ ਕੰਮ ਕਰਨ ਦਾ ਮੌਕਾ ਮਿਲਿਆ ਉਸ ਬੰਦੇ ਨੂੰ 3 ਵਾਰ MC ਰਹਿਣ ਦਾ ਮੌਕਾ ਮਿਲਿਆ MC ਤੋਂ MLA ਬਣਿਆ MLA ਤੋਂ ਮੰਤਰੀ ਬਣਿਆ ਅੱਜ ਇੱਕ ਬੱਚਾ ਜਿਹੜਾ ਕਿਸੇ ਗਰੀਬ ਦਾ ਬੱਚਾ ਸੀਗਾ ਅੱਜ ਮੁੱਖ ਮੰਤਰੀ ਬਣ ਕੇ ਚੰਡੀਗੜ੍ਹ ਦੇ ਵਿੱਚ ਬੈਠਾ ਹੋਇਆ ਅੱਜ ਉਹਦੀ ਸਰਕਾਰ ਲੋਕਾਂ ਲਈ ਫੈਸਲੇ ਲੈ ਰਹੀ ਹੈ ਤੁਹਾਡੇ ਬਿਜਲੀ ਦੇ ਬਿੱਲ ਮਾਫ ਕੀਤੇ ਜਿਹੜੇ ਪੁਰਾਣੇ ਬਿੱਲ ਖੜੇ ਸੀ ਸਾਰੇ ਮਾਫ ਕੀਤੇ 1 ਨਵੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਕਹੀ ਜਾਂਦੇ ਕਿ ਇਹ ਤਾਂ ਐਵੇਂ ਐਲਾਨ ਨਹੀਂ ਕਰਦਾ 1 ਨਵੰਬਰ ਨੂੰ ਜਿਹੜੀ ਨੋਟੀਫਿਕੇਸ਼ਨ ਜਾਰੀ ਹੋਈ ਹੈ ਉਹਦਾ ਬਿੱਲ ਤੁਹਾਡੇ ਘਰ 1 ਜਨਵਰੀ ਨੂੰ ਆਣਾਗਾ 10 ਰੁਪਏ ਲੀਟਰ ਪੈਟਰੋਲ ਸਸਤਾ ਕੀਤਾ ਉਹ ਤੁਹਾਨੂੰ ਐਲਾਨ ਲੱਗਿਆ ਜਿਸ ਦਿਨ ਐਲਾਨ ਕੀਤਾ ਉਸ ਦਿਨ ਜਾਰੀ ਕਰਤਾ ਸਰਕਾਰ ਨੇ ਫੈਸਲਾ ਕੀਤਾ ਗਾ ਕਿ ਡੀ ਕਲਾਸ ਦੀ ਕੋਈ ਵੀ ਨੌਕਰੀ ਹੁਣ ਆਊਟਸੋਰਸ ਨਹੀਂ ਕੀਤੀ ਜਾਊਗੀ ਰੈਗੂਲਰ ਭਰਤੀ ਹੋਊਗੀ 36,000 ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਕੰਮ ਕੀਤਾ ਦੋਸਤੋ ਇਹ ਗੱਲਾਂ ਮੈਂ ਚੰਨੀ ਸਾਹਿਬ ਦੀਆਂ ਇਸ ਕਰਕੇ ਦੱਸ ਰਿਹਾ ਕਿ ਸਾਰੀਆਂ ਗੱਲਾਂ ਗਰੀਬਾਂ ਦੇ ਲਈ ਕੰਮ ਕਰਨ ਵਾਲੀਆਂ ਨੇ ਮੇਰਾ ਵਿਜ਼ਨ ਜਿਹੜਾ ਤੁਹਾਡੇ ਲਈ ਹੈਗਾ ਗਾ ਜਿਹੜਾ ਮੈਂ ਤੁਹਾਡੇ ਲਈ ਕੰਮ ਕਰਨਾ ਚਾਹੁੰਦਾ ਗਾ ਸਾਡਾ ਪਹਾੜ ਤੁਹਾਨੂੰ ਇੱਥੋਂ ਨਾਲ ਹੀ ਸ਼ੁਰੂ ਹੋ ਜਾਂਦੇ ਆ ਮੈਂ ਮੁੰਡਿਆਂ ਨੂੰ ਖਾਸ ਕਰਕੇ ਗੱਲ ਕਹਿਣਾ ਚਾਹੁੰਦਾ ਗਾ ਕਿ ਮੈਂ ਪੂਰੇ ਦੇਸ਼ 'ਚ ਘੁੰਮ ਕੇ ਅਜਿਹੇ ਲੋਕਾਂ ਨੂੰ ਜਾਣਦਾ ਗਾ ਜਿਹੜੇ ਇਨਵੈਸਟ ਕਰਨਾ ਚਾਹੁੰਦੇ ਸਾਡੇ ਕੋਲ ਜਿਹੜੀ ਜ਼ਮੀਨ ਹੈ ਜਾਇਦਾਦ ਹੈ ਇਹ ਪਹਾੜ ਦੀ ਤਰਫ ਤੇ ਹੈ ਅਗਰ ਟੈਕਸ ਦੇ ਵਿੱਚ
ਬਸਤੀ ਦੇ ਵਿੱਚ ਫੈਕਟਰੀਆਂ ਜਦੋਂ ਲੱਗਦੀਆਂ ਨੇ ਸਰਕਾਰ ਉਹਨਾਂ ਨੂੰ ਸਪੈਸ਼ਲ ਰਿਆਇਤ ਦਿੰਦੀ ਹੈ, ਉਹਨਾਂ ਨੂੰ ਟੈਕਸ ਦੇ ਵਿੱਚ ਕਟੌਤੀ ਦਿੰਦੀ ਹੈ, ਜਿਹਦੇ ਨਾਲ ਉੱਥੇ ਫੈਕਟਰੀਆਂ ਲੱਗਣ ਦੇ ਵਿੱਚ ਬੰਦਾ ਪ੍ਰੈਸ਼ਰ ਕਰਦਾ। ਤੁਹਾਡੇ ਭਰਾ ਨੂੰ ਅਗਰ ਮੌਕਾ ਮਿਲਦਾਗਾ ਤਾਂ ਅਸੀਂ ਸਿਰੇ ਨੂੰ ਸਪੈਸ਼ਲ ਇਕਨੋਮਿਕ ਜ਼ੋਨ ਬਣਾਵਾਂਗੇ। ਮੇਰੇ ਦੇਸ਼ ਦੇ ਲੋਕਾਂ ਕੋਲ, ਭਰਾਵਾਂ ਕੋਲ, ਪੂਰੇ ਸ਼ਹਿਰ ਦੇ ਲੋਕਾਂ ਕੋਲ 40-50 ਲੱਖ ਰੁਪਇਆ ਇਨਵੈਸਟ ਕਰਨ ਦੀ ਸ਼ਰਤਾ ਹੈਗੀ ਹੈ। ਜਿਹੜੀ ਫੈਕਟਰੀ ਇੱਕ ਕਰੋੜ ਦੇ ਵਿਚਾਰ ਤੋਂ ਹੋਊਗੀ ਉਹ ਕੰਮ ਤੁਹਾਡਾ 30 ਲੱਖ ਰੁਪਏ ਦੇ ਵਿੱਚ ਅੰਦਰ ਹੋ ਜਾਊਗਾ। ਉਹ ਬੰਦਾ ਘੱਟੋ ਘੱਟ 25-30-40 ਲੋਕਾਂ ਨੂੰ ਹੱਥੀ ਕੰਮ ਦੇ ਸਕਦਾ, 8-10 ਹਜ਼ਾਰ ਬੰਦੇ ਨੂੰ ਕੰਮ ਦੇ ਸਕਦਾ। ਜੇ ਪਰਮਾਤਮਾ ਨੇ ਤਾਕਤ ਬਖਸ਼ੀ ਤਾਂ ਦਰਬਾਰੇ ਦੇ ਵਿੱਚ ਪ੍ਰਾਈਵੇਟ ਕੰਪਨੀ ਜਿਹੜੀ ਬਰਨਾਲੇ ਦੇ ਵਿੱਚ ਘੱਟੋ ਘੱਟ 24,000 ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ, ਉਹਨੂੰ ਜ਼ਮੀਨ ਪ੍ਰੋਵਾਈਡ ਕਰਵਾ ਕੇ ਤੇ ਜਿਹੜੇ ਫਲੈਟ ਦਰਬਾਰੇ ਦੇ ਜਿਹੜੇ ਅੱਜ ਉੱਜੜ ਗਏ ਆ, ਜਿਹੜੇ ਕਬਰਿਸਤਾਨ ਬਣ ਗਏ, ਉਹਨੂੰ ਮੁੜ ਕੇ ਖੜਾ ਕਰਕੇ ਉੱਥੇ ਵੀ ਅਸੀਂ ਰੁਜ਼ਗਾਰ ਦੀ ਵਿਵਸਥਾ ਕਰਾਵਾਂਗੇ। ਜੇ ਪ੍ਰਮਾਤਮਾ ਨੇ ਤਾਕਤ ਰੱਖੀ ਤੇ ਦਸੂਏ ਏਰੀਏ ਨੂੰ ਇੱਕ ਅਜਿਹੀ ਯੂਨੀਵਰਸਿਟੀ ਲੈ ਕੇ ਆਵਾਂਗੇ ਕਿ ਕੱਲ ਨੂੰ ਮੈਂ ਜਦੋਂ ਪਹਿਲੀ ਵਾਰ ਪੱਟੀ ਸਾਹਿਬ ਕੋਲ ਆਇਆ ਸੀਗਾ, ਪਹਿਲਾਂ ਆਪਣੇ ਮਨ ਤੋਂ ਖਿਆਲ ਕਰ ਦੋ ਕੋਈ ਵੀ ਬਾਲ ਇੱਕ ਸਮੁਦਾਇ ਦਾ ਬੱਚਾ ਝਾੜੂ ਨਹੀਂ ਫੜੂਗਾ, ਹੱਥ ਦੇ ਵਿੱਚ ਕਲਮ ਫੜੂਗਾ, ਕਿਉਂਕਿ ਬਾਬਾ ਸਾਹਿਬ ਨੇ ਕਿਹਾ ਸੀਗਾ ਕਿ ਆਪਾਂ ਇਹ ਚੀਜ਼ਾਂ ਨੂੰ ਫੜ ਕੇ ਪੜ੍ਹਾਈ ਦੇ ਵੱਲ ਤੁਰ ਜਾਏਗਾ ਤੇ ਪੜ੍ਹਾਈ ਬਣ ਕੇ ਆਪਣੇ ਬੱਚਿਆਂ ਨੂੰ ਅਫਸਰ ਬਣਾਏਗਾ। ਤੇ ਹੁਣ ਭਾਵੇਂ ਢਿੱਡ ਨਸ ਲਿਓ ਆਪਣੇ, ਪਰ ਆਪਣੇ ਨਿਆਣਿਆਂ ਨੂੰ ਅਫਸਰ ਬਣਾਉਣ ਲਈ, ਉਹਨਾਂ ਨੂੰ ਪੜ੍ਹਾਈ ਦੇ ਤੌਰ ਤੇ ਮਜ਼ਬੂਤ ਕਰਨ ਲਈ, ਉਹਨਾਂ ਨੂੰ ਚੰਗੀ ਯੂਨੀਵਰਸਿਟੀ ਚੰਗੇ ਕਾਲਜਾਂ 'ਚ ਪੜ੍ਹਾ ਕੇ, ਤਾਂ ਕਿ ਜਦੋਂ ਉਹ ਜਵਾਨ ਹੋਵੇ ਉਹ ਸ਼ਹਿਰ ਦੀ ਸਫਾਈ ਨਾ ਕਰਦਾ ਹੋਵੇ, ਉਹ ਸ਼ਹਿਰ ਦੇ ਵਿੱਚ ਅਫਸਰ ਲੱਗਿਆ ਹੋਵੇ। ਮੈਂ ਤੁਹਾਨੂੰ ਬੇਨਤੀ ਕਰਦਾ, ਮੈਂ ਇਸ ਦਰਦ ਨੂੰ ਮਹਿਸੂਸ ਕਰਦਾਗਾ। ਮੈਂ ਇੱਕ ਆਮ ਸਬਜ਼ੀ ਵਾਲੇ ਦਾ ਮੁੰਡਾ ਗਾ, ਉਹ ਸਬਜ਼ੀ ਵਾਲਾ ਕੰਮ ਕੋਈ ਏਡਾ ਤਕੜਾ ਨਹੀਂ ਮੰਨਿਆ ਜਾਂਦਾ। 20 ਰੁਪਏ ਦਿਹਾੜੀ ਤੇ ਰੇੜੀ ਕਿਰਾਏ ਤੇ ਲੈ ਕੇ 500 ਦਾ ਆਲੂ ਦਾ ਕੱਟਾ ਰੱਖ ਕੇ ਕੋਈ ਵੀ ਕੰਮ ਕਰ ਸਕਦਾ ਗਾ। ਇਸ ਕਰਕੇ ਮੈਂ ਇਸ ਦਰਦ ਨੂੰ ਸਮਝਦਾ ਗਾ। ਅਗਰ ਮੇਰੇ ਹੱਥਾਂ 'ਚ ਤਾਕਤ ਆਉਂਦੀ ਹੈ ਤਾਂ ਮੈਂ ਆਪਣੇ ਏਰੀਏ ਨੂੰ ਆਪਣੇ ਪੈਰਾਂ ਤੇ ਖੜਾ ਕਰ ਦੂੰਗਾ। ਤੁਹਾਨੂੰ ਲੋਕਾਂ ਨੂੰ, ਜਿੰਨਾ ਵੀ ਇਹਨਾਂ ਲੋਕਾਂ ਨੂੰ ਦੇਖਣਾ ਸੀਗਾ, ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਕਿਉਂਕਿ ਨਾ ਤਾਂ ਮੰਤਰੀ ਦਾ ਪੁੱਤ ਤੇ ਨਾ ਕਿਸੇ ਤਕੜੇ ਜ਼ਮੀਨਦਾਰ ਦਾ ਪੁੱਤ ਜਾਂ ਉਹਦੀ ਘਰ ਵਾਲੀ ਤੁਹਾਡੇ ਦਰਦ ਨੂੰ ਨਹੀਂ ਮਹਿਸੂਸ ਕਰ ਸਕੀ। ਇਹਨਾਂ ਨੂੰ ਕੀ ਪਤਾ ਗਰੀਬ ਦੇ ਘਰ ਕਿੱਦਾਂ ਰੋਟੀ ਪੱਕਦੀ ਹੈ। ਕੋਰੋਨਾ ਦਾ ਟਾਈਮ ਆਇਆ, ਬੰਦੇ ਨੂੰ 2 ਟਾਈਮ ਰੋਟੀ ਖਾਣੀ ਔਖੀ ਹੋ ਗਈ। ਇਸ ਕਰਕੇ ਭਰਾਵੋ ਬੇਨਤੀ ਕਰਦਾ ਗਾ ਕਿ ਤੁਸੀਂ ਇਸ ਗੱਲ ਦਾ ਧਿਆਨ ਰੱਖੋ, ਇਸ ਗੱਲ ਦਾ ਧਿਆਨ ਰੱਖੋ ਕਿ ਆਉਣ ਵਾਲਾ ਟਾਈਮ ਪੰਜਾਬ ਦੇ ਵਿੱਚ ਮੁੜ ਕੇ ਚੰਨੀ ਸਾਹਿਬ ਨੂੰ ਤਾਕਤ ਦੇ ਦੇਣਾ ਗਾ। ਚੰਨੀ ਸਾਹਿਬ ਦੀ ਜਿਹੜੀ ਸੋਚ ਹੈ, ਉਹ ਜਿਹੜੀ ਗੁਰੂ ਮਹਾਰਾਜ ਨੇ ਸੋਚ ਬਖਸ਼ੀ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਤਕੜਾ ਕਰਕੇ ਉਹਨਾਂ ਦਾ ਪਰਿਵਾਰ ਸਾਂਭਣ ਦਾ ਕੰਮ ਕਰਨਾ ਗਾ। ਅੱਜ ਇੱਕ ਸਾਡੇ ਕੋਲ ਮੌਕਾ ਗਾ, ਜਿੰਨਾ ਤੁਸੀਂ ਪੁਰਾਣੇ ਲੀਡਰਾਂ ਤੋਂ ਕੰਮ ਕਰਾਉਣਾ ਸੀਗਾ ਕਰਾ ਕੇ ਦੇਖ ਲਿਆ। ਇੱਕ ਨਵਾਂ ਬਦਲਾਅ ਲਿਆਈਏ, ਜਿਹੜੇ ਲੋਕਾਂ ਨੂੰ ਵਹਿਮ ਸੀਗਾ ਕਿ ਬਾਈ ਜੀ ਕੈਪਟਨ ਹਟੂ ਕਿ ਨਹੀਂ ਹਟੂ, ਕੈਪਟਨ ਵੀ ਗਿਆ। ਜਦੋਂ ਕੈਪਟਨ ਚਲਾ ਗਿਆ ਤਾਂ ਉਹਦੇ ਛੋਟੇ ਕੈਪਟਨ ਵੀ ਜਾਣਗੇ, ਤੇ ਅਗਰ ਟ੍ਰੇਨ ਦਾ ਇੰਜਨ ਬਦਲਿਆ ਜਾਂਦਾ ਗਾ ਤਾਂ ਉਹਦੇ ਮਾੜੇ ਡੱਬੇ ਵੀ ਲਾਏ ਜਾਣਗੇ। ਤਾਂ ਮੈਂ ਤੁਹਾਨੂੰ ਬੇਨਤੀ ਕਰਦਾ, ਆਪਣੇ ਕੋਲ ਮੌਕਾ ਗਾ ਮੁੜ ਕੇ ਤਕੜੇ ਹੋਣ ਦਾ, ਮੁੜ ਕੇ ਦਸੂਏ ਏਰੀਏ ਨੂੰ, ਇਸ ਕੰਢੀ ਏਰੀਏ ਨੂੰ ਪੈਰਾਂ ਤੇ ਖੜਾ ਕਰਨ ਦਾ। ਮੈਂ ਰੱਬ ਰੂਪੀ ਸੰਗਤ ਨੂੰ ਤੇ ਪਰਮਾਤਮਾ ਰੂਪੀ ਜਿਹੜੇ ਮੇਰੇ ਸਾਹਮਣੇ ਬਜ਼ੁਰਗ ਬੈਠੇ ਆ ਤੇ ਮੇਰੇ ਜਿਹੜੇ ਭਰਾ ਬੈਠੇ ਆ, ਮੈਂ ਤੁਹਾਨੂੰ ਭਰੋਸਾ ਦਵਾਉਣਾ, ਵਚਨ ਦਿੰਦਾ ਗਾ ਕਿ ਜਿੰਨੀ ਮੇਰੇ ਤਾਕਤ ਹੋਊਗੀ ਮੈਂ ਉਨੀ ਤਾਕਤ ਲਾ ਕੇ ਤੁਹਾਡੇ ਲਈ ਲੜੂੰਗਾ, ਬਸ਼ਰਤੇ ਮੈਨੂੰ ਅਸੈਂਬਲੀ 'ਚ ਭੇਜੋ। ਮੈਂ ਅੱਜ ਵੀ 100, 200, 500, 1000 ਬੰਦੇ ਦੀ ਲੜਾਈ ਲੜਨ ਦੀ ਸ਼ਮਤਾ ਰੱਖਦਾ ਗਾ, ਪਰ ਜਦੋਂ ਮੈਨੂੰ ਆਪਣੇ ਏਰੀਏ ਦੀ ਲੜਾਈ ਲੜਨੀ ਹੈ ਉਦੋਂ ਮੈਨੂੰ ਅਸੈਂਬਲੀ 'ਚ ਜਾਣਾ ਪੈਣਾ, ਮੈਨੂੰ ਵਿਧਾਨ ਸਭਾ 'ਚ ਬਹਿ ਕੇ ਤੁਹਾਡੀ ਆਵਾਜ਼ ਚੱਕਣੀ ਪੈਣੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਨ ਲੱਗਾ ਗਾ ਕਿ ਆਪਾਂ ਤਕੜੇ ਹੋ ਕੇ, ਇੱਕ ਮੁੱਠ ਹੋ ਕੇ, ਮੈਂ ਸ਼ਾਇਦ ਤੁਹਾਨੂੰ ਦਾਰੂ ਨਾ ਦੇ ਸਕਾਂ, ਮੈਂ ਤੁਹਾਨੂੰ ਸ਼ਾਇਦ 1000 ਰੁਪਏ ਦਿਹਾੜੀ ਨਾ ਦੇ ਸਕਾਂ ਪ੍ਰੋਗਰਾਮ ਤੇ, ਪਰ ਜੇ ਮੇਰੇ ਹੱਥਾਂ 'ਚ ਤਾਕਤ ਆ ਗਈ ਮੈਂ ਇਸ ਏਰੀਆ ਨੂੰ ਵਧੀਆ ਯੂਨੀਵਰਸਿਟੀ ਦਊਂਗਾ, ਵਧੀਆ ਕਾਲਜ ਦਊਂਗਾ, ਇੱਥੇ ਇੰਡਸਟਰੀ ਲੈ ਕੇ ਆਊਂਗਾ, ਕਿਉਂਕਿ ਮੇਰੇ ਕੋਲ ਵਿਜ਼ਨ ਹੈ, ਪੂਰਾ ਦੇਸ਼ ਘੁੰਮਿਆ ਹੋਇਆ ਗਾ। ਮੈਂ ਕੋਈ ਇੱਥੇ ਨਹੀਂ ਲੋਕਾਂ ਨਾਲ ਬਿੰਡੀਆਂ ਪੀ ਫਿਰਦਾ ਜਾਂ ਦਾਰੂ ਪੀ ਫਿਰਦਾ ਗਾ, ਮੈਂ ਪੂਰਾ ਦੇਸ਼ ਘੁੰਮਿਆ ਹੋਇਆ ਗਾ। ਪੰਜਾਬ ਯੂਨੀਵਰਸਿਟੀ ਪੜ੍ਹਿਆ ਮੇਰੇ ਨਾਲ ਦੇ ਕਿੰਨੇ ਬੰਦੇ
बन गए, आईपीएस बन गए, डीसी लग गए, एसडीएम लग गए। अज भी मेरे नाल दे चार बंदे इत्थे एसएसपी लगे हुए पंजाब दे विच। पर आपां इह राह इस करके चुनिया गा कि अपने लोगों नूं मजबूत कर सकीए। भरावो मैं एक बहुत नमाणा जिहा बंदा गा, एक सर्दी वाले दे परिवार च जिन्नी ताकत हुंदी है मेरे कोल भी उन्नी ताकत है, पर अगर तुसीं मेरी ताकत बनोगे तां मैं उसका मुल मुड़ूंगा। मैं तुहाडे न्याणियां नूं झाड़ू की बजाय कलम फड़ाऊंगा, मैं तुहाडे न्याणियां नूं शीशियां ते डब्बियां दी बजाय एक चंगी एजुकेशन फड़ाऊंगा, क्योंकि वह इत्थे पढ़ सकण। अगर कोई माड़ा बोल मेरे तो बोलिया जाए तुहाडा भरांगा बच्चांगा साथियां माफ करियो, गज के फतेह बुला दियो। वाहेगुरु जी का खालसा वाहेगुरू जी। ਉਹ ਸਾਡੇ ਬਰਾਦਰਾਨਾ ਲੈਵਲ ਦੇ ਉੱਤੇ ਕਹਿ ਲਓ ਜਾਂ ਸਮੁੱਚੇ ਤੌਰ 'ਤੇ ਸਾਡੇ ਸਮਾਜ ਦੀ ਗੱਲ ਹੈ। ਪਹਿਲੇ ਨੰਬਰ 'ਤੇ ਤਾਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਬੇਸ਼ੱਕ ਅਸੀਂ ਮਜ਼ਹਬੀ ਕੌਮ ਨਾਲ ਸੰਬੰਧ ਰੱਖਦੇ ਹਾਂ ਜਾਂ ਅਸੀਂ ਵਾਲਮੀਕੀ ਕੌਮ ਨਾਲ ਸੰਬੰਧ ਰੱਖਦੇ ਹਾਂ ਜਾਂ ਅਸੀਂ ਕ੍ਰਿਸਚਨ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਹਾਂ, ਸਾਡੀ ਜੜ ਇੱਕ ਹੈ। ਅਸੀਂ ਇੱਕੋ ਹੀ ਜੜ ਦੀਆਂ ਤਿੰਨ ਸ਼ਾਖਾਵਾਂ ਹਨ, ਪਰ ਕੁਝ ਸਵਾਰਥੀ ਲੋਕਾਂ ਦੇ ਸਾਡੇ ਵਿੱਚ ਬਹੁਤ ਜ਼ਿਆਦਾ ਵਿਤਕਰਾ ਜਿਹੜਾ ਨਹੀਂ ਉਹ ਪਾ ਦਿੱਤਾ ਗਿਆ ਜਿਹਨਾਂ ਦੇ ਜਿਹਨਾਂ ਅਸੀਂ ਜਿਹਨੂੰ ਅਸੀਂ ਮਹਿਸੂਸ ਕਰਦੇ ਹਾਂ। ਪਰ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਚੰਗੀ ਸਰਕਾਰ ਜੀ ਦਾ ਕਿ ਉਹਨਾਂ ਦੇ ਰਾਜ ਦੇ ਵਿੱਚ ਬੇਸ਼ੱਕ ਥੋੜ੍ਹਾ ਸਮਾਂ ਉਹਨਾਂ ਨੂੰ ਅੱਜ ਤੱਕ ਮਿਲ ਰਿਹਾ, ਪਰ ਉਹਨਾਂ ਦੇ ਰਾਜ ਵਿੱਚ ਉਹਨਾਂ ਨੇ ਸ਼ੋਅ ਕਰ ਦਿੱਤਾ। ਬਾਕੀ ਕਿਸੇ ਕੌਮ ਦੇ ਨਾਲ ਉਹਨਾਂ ਨੇ ਵਿਤਕਰਾ ਨਹੀਂ ਕੀਤਾ, ਪਰ ਉਹਨਾਂ ਨੇ ਸਾਡੇ ਸਮਾਜ ਨੂੰ ਬਹੁਤ ਅੱਗੇ ਲਿਆਉਣ ਦਾ ਇੱਕ ਐਸਾ ਉਪਰਾਲਾ ਕੀਤਾ ਜਿਹਦੇ ਵਿੱਚ ਸਾਡੇ ਸਮਾਜ ਦੇ ਨਾਲ ਸੰਬੰਧਿਤ ਬਹੁਤ ਸਾਰੇ ਕੰਟਰੈਕਚੁਅਲ ਜਿਹੜੇ ਕਾਮੇ ਕੰਮ ਕਰਦੇ ਸੀ ਉਹਨਾਂ ਨੂੰ 36,000 ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਕੰਮ ਜਾਂ ਜੇ SC ਕੋਟੇ ਦਾ ਬੈਕਲੌਗ ਜਿਹੜਾ ਹੈਗਾ ਉਹਨੂੰ ਪੂਰਾ ਕਰਨ ਦਾ ਕੰਮ ਜਾਂ ਆ ਬਿਜਲੀ ਬੋਰਡ ਦੇ ਨਾਲ ਸੰਬੰਧਿਤ ਜੋ ਵੀ ਸਮੱਸਿਆਵਾਂ, ਕਿਉਂਕਿ ਖਾਸ ਕਰਕੇ ਸਾਡੇ ਹੀ ਲੋਕਾਂ ਦੇ ਜਿਹੜੇ ਬੋਰਡ ਡਿਫਾਲਟਰ ਹੋਏ ਸੀ ਬਿਜਲੀ ਬੋਰਡ ਦੇ, ਜੇ ਫਿਰ ਮਾਫ ਹੋ ਤਾਂ ਮੈਂ ਸੋਚਦਾ ਹਾਂ ਕਿ 80% ਲੋਕ ਸਿਰਫ ਸਾਡੀ ਕੌਮ ਦੇ ਵਿੱਚੋਂ 80% ਤੋਂ ਵੀ ਜ਼ਿਆਦਾ ਲੋਕ ਸਾਡੀ ਕੌਮ ਦੇ ਆ ਜਿਹਨਾਂ ਨੂੰ ਇਹ ਬੈਨੀਫਿਟ ਮਿਲ ਸਕਿਆ ਹੈ। ਦੇਖੋ ਪੂਰੇ ਹਲਕੇ ਦਸੂਏ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਸੋਚ ਨੂੰ ਲੈ ਕੇ ਅਸੀਂ ਅਭਿਆਨ ਚਲਾਇਆ ਹੋਇਆ ਗਾ। ਸਾਡਾ ਮੁੱਖ ਮੋਟਿਵ ਇਹ ਹੈ ਕਿ ਜਿਹੜੇ ਚੰਨੀ ਸਾਹਿਬ ਨੇ ਫੈਸਲੇ ਲਏ ਹੈ ਉਹ ਲੋਕਾਂ ਤੱਕ ਲੈ ਕੇ ਜਾਏ ਜਾਣ। ਅੱਜ ਦਸੂਏ ਦੇ ਵਿੱਚ ਜਿਹੜੀ ਮੀਟਿੰਗ ਰੱਖੀ ਹੈ ਇਹਦਾ ਵੀ ਮੋਟਿਵ ਇਹੀ ਸੀਗਾ, ਪੰਜਾਬ ਨੂੰ ਇੱਕ ਗਰੀਬਾਂ ਦਾ ਫਰਿਸ਼ਤਾ ਮਿਲਿਆ ਗਾ ਜਿਹੜਾ ਇੱਕ ਆਮ ਪਰਿਵਾਰ ਤੋਂ ਨਿਕਲ ਕੇ ਆਮ ਲੋਕਾਂ ਲਈ ਕੰਮ ਕਰ ਰਿਹਾ ਗਾ। ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ 2022 'ਚ ਮੁੱਖ ਮੰਤਰੀ ਬਣਾਉਣ ਲਈ, ਕਿਉਂਕਿ 2 ਮਹੀਨੇ ਦਾ ਸਮਾਂ ਬਹੁਤ ਘੱਟ ਸਮਾਂ ਹੁੰਦਾ ਗਾ, 5 ਸਾਲ ਦੇ ਸਮੇਂ 'ਚ ਹੀ ਬੰਦਾ ਆਪਣੀ ਪੂਰੀ ਤਾਕਤ ਅਹਿਸਾਸ ਕਰਾ ਪਾਉਂਦਾ ਗਾ, ਅਤੇ ਉਸ ਲਈ ਪੂਰੇ ਪੰਜਾਬ ਦੇ ਵਿੱਚ ਕੰਮ ਚੱਲ ਰਿਹਾ ਗਾ। ਅਤੇ ਸਾਹਿਬ ਨੇ ਮੇਰੀ ਜ਼ਿੰਮੇਵਾਰੀ ਹਲਕੇ ਦਸੂਏ 'ਚ ਲਾਈ ਹੈ ਅਤੇ ਉਸੇ ਅਭਿਆਨ ਨੂੰ ਲੈ ਕੇ ਅੱਜ ਸਾਡੇ SC ਸੈੱਲ ਦੇ ਦਸੂਏ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਸਾਹਿਬ ਬਲਵੀਰ ਸਿੰਘ ਜੀ ਔਰ ਜਿੰਨੇ ਹੁਸ਼ਿਆਰਪੁਰ ਦੇ ਸਾਡੇ ਅਤੇ ਜਿੰਨੇ ਵੀ ਸਾਡੇ ਸਾਥੀ ਹੈ ਹਲਕੇ ਦਸੂਏ ਦੇ, ਚਾਹੇ ਸੋਨੂ ਜੀ ਹੈਗੇ ਆ, ਪੱਟੀ ਸਾਹਿਬ ਹੈਗੇ ਆ, ਜਿੰਨੇ ਵੀ ਕਾਂਗਰਸ ਦੇ ਵਰਕਰ ਆ ਜਿਹੜੇ ਕਾਂਗਰਸ ਦੇ ਮੌਜੂਦਾ MLA ਤੋਂ ਦੁਖੀ ਹੈ, ਕਿਉਂਕਿ ਮੌਜੂਦਾ ਜਿਹੜੀ ਕਾਂਗਰਸ ਹੈ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ। ਕਾਂਗਰਸ ਦਾ ਵਰਕਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ, ਜਦੋਂ ਇੱਕ ਲੀਡਰ ਨੂੰ ਵੋਟਾਂ 60 ਤੋਂ 65,000 70,000 ਲੋਕ ਪਾਉਂਦੇ ਹੈ ਤਾਂ ਉਹ ਲੀਡਰ ਜਦੋਂ ਸਿਰਫ 3 ਘਰਾਂ ਦਾ ਪ੍ਰਾਹੁਣਾ ਬਣ ਕੇ ਰਹਿ ਜਾਵੇ ਤਾਂ ਇਹ ਵਰਕਰ ਦੇ ਵਿੱਚ ਇੱਕ ਰੋਸ਼ ਹੁੰਦਾ ਗਾ। ਮੈਂ ਉਸ ਰੋਸ਼ ਨੂੰ ਸਮਝ ਰਿਹਾ ਗਾ। ਮੈਂ ਅਸੈਂਬਲੀ ਦੇ ਵਿੱਚ ਅਸੀਂ ਇੱਥੇ ਕਾਂਗਰਸ ਦੀ ਸਰਕਾਰ ਲਿਆਉਣ ਲਈ ਮੌਜੂਦਾ MLA ਦੀ ਮਦਦ ਕੀਤੀ ਸੀਗੀ, ਪਰ ਕਾਂਗਰਸ ਦੇ ਮੌਜੂਦਾ MLA ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਲੋਕਾਂ ਨੇ ਪਾਰਲੀਮੈਂਟ ਇਲੈਕਸ਼ਨ 'ਚ ਸਾਨੂੰ ਬਹੁਤ ਬੁਰੀ ਸੱਟ ਮਾਰੀ। ਅੱਜ ਲੋਕਾਂ ਦਾ ਕਾਂਗਰਸ 'ਚ ਵਿਸ਼ਵਾਸ ਤਾਂ ਹੈ ਪਰ ਮੌਜੂਦਾ ਵਿਧਾਇਕ 'ਤੇ ਕੋਈ ਵਿਸ਼ਵਾਸ ਨਹੀਂ ਹੈ, ਅਤੇ ਕਾਂਗਰਸ ਦੇ ਵਿੱਚ ਵਿਸ਼ਵਾਸ ਮੁੜ ਕੇ ਖੜ੍ਹਾ ਕਰਨ ਲਈ
असी जगह जगह जाके मीटिंगा कर रहे हैं, असी लोगों को विश्वास दे रहे हैं कि जिदा राहुल जी ने कांग्रेस पार्टी ने इंजन बदलिया गा उवें ही जेडे माड़े डब्बे है वह भी बदले जाएंगे। भरावो मित्र प्यारे, मैं तलवाड़े तो आना गा। तलवाड़ा किसी टाइम चंडीगढ़ का दर्जा प्राप्त किया हुआ शहर सगा, पर अज तलवाड़ा कब्रिस्तान च कन्वर्ट हो चुका गा। तलवाड़े नू पैरां ते खड़ा करना, उत्थे इंडस्ट्री लैके आना तां कि 8 से 10 हज़ार बंदे नू रुजगार मिले। दसूए नू एक अजिही यूनीवर्सिटी देना, क्योंकि दसूआ एक अजिहा हब है जिहदे कोल इक अपनी अच्छी जमीन है, अच्छी इन्वेस्टमेंट पॉइंट ऑफ व्यू दे नाल, क्योंकि साडा सारा बेट एरिया USA यू और कैनेडा दे विच बैठा होया गा। साडे कोल हत्थ करन वाले काम तां हैगे है, पर वो हत्थ काम कित्थे करन, वो जगह नहीं है। इसलिए मैं जिहड़ी आ बैल्ट हैगी है कंडी दी जिहड़ी नाल लगदी है उहनूं स्पैशल इकनोमिक जोन का दर्जा दवा के, क्योंकि यह प्रोविजन है कि जिहड़ी एरिए दे विच लैंड खेती वाली नहीं है तो वो एरिए नूं जिद्दां बद्दी दी तरह ते टैरस दी तरह ते घट रियायतां नाल एक इंडस्ट्री लियाई जाऊगी जिहदे नाल कि। और तीजी गल, इत्थे लोकां दा राज रहूगा, किसे एक घर दा, दो घरां दा, चार घरां दा राज नहीं रहूगा। इत्थे जिन्हां लोकां कोल भी ताकत होगी वो आम लोकां लई काम करन लई होगी, ना कि किसे नाल धक्का करन लई होगी। धक्के की राजनीति, परचियां की राजनीति खत्म की जाऊगी। सत श्री अकाल दोस्तो, तुसी जाना चाहते हो कैनेडा, सही इमीग्रेशन की भाल में हो, सोच रहे हो कि केड़ा कॉलेज ज्वाइन किया जाए और केड़ा कोर्स ज्वाइन किया जाए, असी तुहाडी प्रोपरली मदद करांगे वीजा लैण दे विच। सो अज ही साडी एक्सपर्ट टीम दे नाल संपर्क करो, स्क्रीन ते दित्ते हुए नंबरां ते तुसी सानू कॉल कर सकते हो। ई प्लैनेट आयल्स एंड इमीग्रेशन दसूहा दे विच विजिट कर सकते हो।